ਦਰਬਾਰ ਸਾਹਿਬ ਦੇ ਆਸ ਪਾਸ ਹੋਟਲਾਂ ਵਿੱਚ ਦੇ ਵਪਾਰ ਦਾ ਧੰਦਾ ਚੱਲ ਰਿਹਾ। ਕੀ ਇਸ ਵਿੱਚ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਵੀ ਮਿਲੀ ਭੁਗਤ ਹੈ? ਕੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਸਾਜਿਸ਼ ਘੜੀ ਜਾ ਰਹੀ ਹੈ? ਇਹ ਸਵਾਲ ਉੱਠਣੇ ਲਾਜ਼ਮੀ ਨੇ ਅਤੇ ਇਹਨਾਂ ਦੇ ਜਵਾਬ ਵੀ ਤਲਾਸ਼ਣੇ ਪੈਣਗੇ। ਅੰਮ੍ਰਿਤਸਰ ਦੇ DCP ਅਮਰੀਕ ਸਿੰਘ ਪਵਾਰ ਨੂੰ ਮੰਗ ਪੱਤਰ ਸੌਂਪਣ ਪਹੁੰਚੇ ਪ੍ਰੈਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੇ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਦੀ ਅਪੀਲ ਕੀਤੀ ਹੈ। ਪੱਤਰਕਾਰਾਂ ਦਾ ਕਹਿਣਾ ਹੈ ਕਿ ਦੇ ਵਪਾਰ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰਾਂ ਨੂੰ ਹੀ ਬਲੈਕਮੇਲਿੰਗ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ। ਅਤੇ ਇਹਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਗਿਆ ਵਾ ਵੀ ACP ਸਾਹਿਬ ਜਿਹੜੇ ਨੇ ਇਹਨਾਂ ਦੇ ਉੱਤੇ ਦਬਾਅ ਹੈ। ਅਤੇ ਅਸੀਂ ਵੀ ਪਿੱਛੇ ਜੇ ਇੱਕ ਖਬਰ ਚਲਾਈ ਸੀ ਕਿ ਹਰਿਮੰਦਰ ਸਾਹਿਬ ਅਤੇ ਸ਼ਹੀਦਾਂ ਸਾਹਿਬ ਦੇ ਆਸ ਪਾਸ ਦੇ ਵਪਾਰ ਦਾ ਧੰਦਾ ਹੋਟਲਾਂ ਦੇ ਵਿੱਚ ਇੰਨਾ ਫੈਲ ਰਿਹਾ ਹੈ ਵੀ ਜਿਹਦੇ ਵਿੱਚ ਪੁਲਿਸ ਦੀ ਮਿਲੀ ਭੁਗਤ ਹੈ। ਸਾਡੀਆਂ ਉਹਨਾਂ ਤੱਥਾਂ ਨੂੰ ਇਸ ਚੀਜ਼ ਨੇ ਸਾਬਤ ਕਰ ਦਿੱਤਾ ਹੈ। ਹੁਣ ਮੈਂ ACP ਸਾਹਿਬ ਨੂੰ ਪੁੱਛਣਾ ਚਾਹਾਂਗਾ ਵੀ ACP ਸਾਹਿਬ ਤੁਹਾਨੂੰ ਇਸ ਮਾਮਲੇ ਦੇ ਵਿੱਚ ਸਪਲਾਈ ਆਉਂਦੀ ਆ ਕਿ ਹਿੱਸਾ ਆਉਂਦਾ ਹੈ ਕਿ ਜਿਹੜਾ ਤੁਸੀਂ ਪੱਤਰਕਾਰਾਂ ਦੇ ਉੱਤੇ ਆ ਪਰਚਾ ਦਰਜ ਕਰ ਦਿੱਤਾ ਹੈ? ਹਰਿਮੰਦਰ ਸਾਹਿਬ ਅਤੇ ਸ਼ਹੀਦਾਂ ਸਾਹਿਬ ਦੇ ਆਸ ਪਾਸ ਇਹਨਾਂ ਹੋਟਲਾਂ 'ਚ ਦੇ ਵਪਾਰ ਹੋ ਰਿਹਾ, ਜਿਹੜੇ ਉਹਦੀ ਸਪਲਾਈ ਕਰਦੇ ਆ ਉਹਨਾਂ 'ਤੇ ਪਰਚਾ ਦੇਣ ਦੀ ਬਜਾਏ ਜਿਹੜੇ ਪੱਤਰਕਾਰਾਂ ਨੇ ਉਹਨੂੰ ਐਕਸਪੋਜ਼ ਕੀਤਾ, ਤੁਸੀਂ ਉਹਨਾਂ ਪੱਤਰਕਾਰਾਂ 'ਤੇ ਪਰਚਾ ਦਰਜ ਕਰ ਦਿੱਤਾ। ਹੁਣ ਤੱਕ 6 ਪੱਤਰਕਾਰ ਜਿਹੜੇ ਆ ਇਸ ਦਾ ਸ਼ਿਕਾਰ ਬਣ ਚੁੱਕੇ ਨੇ ਅਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਇੱਕ ਮੁਹਿੰਮ ਚਲਾਉਣ ਜਾ ਰਹੀ ਹੈ। ਹਰਿਮੰਦਰ ਸਾਹਿਬ ਜਿਹੜੀ ਹੈ ਵਾਸਤਾ ਜਿਹੜੀ ਸਟਰੀਟ ਬਣੀ ਹੈ ਉੱਥੇ ਪ੍ਰਦਰਸ਼ਨ ਕੀਤੇ ਜਾਣਗੇ ਵੀ ਸਮਾਜ ਸੇਵੀ ਸੰਸਥਾਵਾਂ ਨਾਨਕ ਸ਼ਾਹ ਫਕੀਰ ਦੇ ਨਾਂ ਦੇ ਉੱਤੇ ਇੰਨੀਆਂ ਜ਼ਿਆਦਾ ਉਤੇਜਿਤ ਹੋਈਆਂ, ਇੰਨਾ ਕੁਝ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਲੈ ਕੇ ਗੱਲ ਕੀਤਾ ਅਤੇ ਜਦੋਂ ਹਰਿਮੰਦਰ ਸਾਹਿਬ ਦੇ ਆਸ ਪਾਸ ਉਹਦੀ ਪਵਿੱਤਰਤਾ ਹੋਟਲਾਂ ਦੇ ਵਿੱਚ ਭੰਗ ਹੋ ਰਹੀ ਆ ਉਦੋਂ ਇਹਨਾਂ ਦੀਆਂ ਤਾਕਤਾਂ ਨੂੰ ਜੰਗ ਲੱਗ ਜਾਂਦੇ ਨੇ। ਕਿੱਥੇ ਨੇ ਨਾਨਕ ਨਾਮ ਲੇਵਾ ਸੰਸਥਾਵਾਂ, ਕਿੱਥੇ ਨੇ ਉਹ ਸਿੱਖ ਜਥੇਬੰਦੀਆਂ ਜਿਹੜੀਆਂ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਆਸ ਪਾਸ ਇਸ ਦੇਹ ਵਪਾਰ ਨੂੰ ਸ਼ਰੇਆਮ ਹੁੰਦਾ ਵੇਖ ਰਹੀਆਂ ਨੇ? ਅਤੇ ਹੁਣ ਤੱਕ 6 ਪੱਤਰਕਾਰ ਇਹਦੀ ਬਲੀ ਚੜ੍ਹ ਚੁੱਕੇ ਨੇ, 6 ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਗਏ ਨੇ। ਇਹ ਇੱਕ ਉਹਨਾਂ 6 ਪੱਤਰਕਾਰਾਂ ਦੇ ਵਿੱਚੋਂ ਇੱਕ ਅਤੇ ਪੱਤਰਕਾਰ ਦੀ ਡੈਥ ਵੀ ਹੋ ਚੁੱਕੀ ਹੈ ਜਿਹਦੇ ਉੱਤੇ ਪੁਲਿਸ ਨੇ ਪਰਚਾ ਦੇ ਕੇ ਆਪਣੀ ਕਾਮਯਾਬੀ ਸਿੱਧ ਕੀਤੀ ਹੈ। ਪੱਤਰਕਾਰਾਂ ਦੀ ਚੇਤਾਵਨੀ ਹੈ ਕਿ ਜੇਕਰ ਅਸਲ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਨਾ ਹੋਈ ਤਾਂ ਸੰਘਰਸ਼ ਦਾ ਖਾਮਿਆਜ਼ਾ ਭੁਗਤਣ ਲਈ ਪ੍ਰਸ਼ਾਸਨ ਤਿਆਰ ਰਹੇ। ਜਨਤਾ ਨੂੰ ਜਾਗਰੂਕ ਕਰੀਏ, ਸਮਾਜ ਸੇਵੀ ਸੰਸਥਾਵਾਂ ਨੂੰ ਜਾਗਰੂਕ ਕਰੀਏ, ਸਿੱਖ ਜਥੇਬੰਦੀਆਂ ਨੂੰ ਜਾਗਰੂਕ ਕਰੀਏ ਵੀ ਹਰਿਮੰਦਰ ਸਾਹਿਬ ਦੀ ਜਿਹੜੀ ਪਵਿੱਤਰਤਾ ਭੰਗ ਹੋ ਰਹੀ ਹੈ ਸ਼ਹੀਦਾਂ ਸਾਹਿਬ ਦੀ, ਆਪਾਂ ਇੰਨੇ ਜ਼ਿਆਦਾ ਲੋਕ ਸ਼ਹੀਦਾਂ ਸਾਹਿਬ ਅਤੇ ਹਰਿਮੰਦਰ ਸਾਹਿਬ ਜਾਂਦੇ ਹਾਂ, ਉਹਦੇ ਆਸ ਪਾਸ ਜੂਸ ਬਾਰਾਂ ਦੇ ਵਿੱਚ ਕੁੜੀਆਂ ਮੁੰਡੇ ਬੈਠੇ ਦੇਹ ਵਪਾਰ ਚੱਲਣ ਡਿਆ ਵਾ, ਉੱਥੇ ਆ ਕੇ ਸਾਨੂੰ ਕੀ ਹੋ ਜਾਂਦਾ ਹੈ? ਉੱਥੇ ਅਸੀਂ ਕਿਉਂ ਨਹੀਂ ਕੁਛ ਬੋਲਦੇ ਪਏ? ਇੰਨੀਆਂ ਕੁ ਮੇਰੀਆਂ ਗੱਲਾਂ ਨੇ। ਅਸੀਂ ਅੱਜ DCP ਸਾਹਿਬ ਨੂੰ ਮੰਗ ਪੱਤਰ ਦਿੱਤਾ ਅਤੇ 7 ਦਿਨ ਦਾ ਟਾਈਮ ਦਿੱਤਾ ਹੈ। ਜੇ 7 ਦਿਨ ਦੇ ਵਿੱਚ ਪੱਤਰਕਾਰਾਂ ਦੇ ਪਰਚਾ ਖਾਰਜ ਕਰਕੇ ਅਤੇ ਅਸਲੀ ਜਿਹੜੇ ਦੋਸ਼ੀ ਆ ਪਰਮਿੰਦਰ ਅਤੇ ਬਬਲੂ ਉਹਨਾਂ ਦੇ ਪਰਚਾ ਦਰਜ ਨਾ ਕੀਤਾ ਗਿਆ ਅਤੇ 7ਵੇਂ ਤੋਂ 8ਵੇਂ ਦਿਨ ਨੂੰ ਅਸੀਂ ਸੰਘਰਸ਼ ਲਈ ਮਜਬੂਰ ਹੋਵਾਂਗੇ ਅਤੇ ਉਹਦਾ ਜੋ ਵੀ ਖਮਿਆਜ਼ਾ ਹੈ ਇਹ ਪ੍ਰਸ਼ਾਸਨ ਨੂੰ ਭੁਗਤਣਾ ਪਏਗਾ। ਇਸ ਪੂਰੇ ਮਾਮਲੇ 'ਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ। ਮੈਂ ਜਿਸ ਲੈਵਲ ਦਾ ਹੈ ਕਿ ਸੀਡੀਵੀਜ਼ਨ ਦਾ ਪਰਚਾ ਹੈਗਾ ACP 9 ADCP ਬਣਨਾ ਗੱਲ ਕਰਕੇ ਜਿਸ ਲੈਵਲ ਦੀ ਕਿਹਾ ਮੈਂ ਸੀਨੀਅਰ ਅਫਸਰ ਨੂੰ ਵਿੱਚ ਮੰਤਰੀ ਕਰਾ ਦਾਂਗੇ ਅਤੇ ਜੋ ਸਲੀਅਤ ਰਹੇਗੀ ਉੱਥੇ ਕਰਕੇ ਜੋ ਫੈਕਟ ਆ ਉਹ ਕਰ ਰਹੇ। ਦੇਹ ਵਪਾਰ ਦੇ ਧੰਦੇ ਤਾਂ ਅਕਸਰ ਜੱਗ ਜ਼ਾਹਰ ਹੁੰਦੇ ਨੇ ਪਰ ਗੁਰੂ ਨਗਰੀ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਇਹ ਆਪਣੇ ਆਪ ਵਿੱਚ ਵੱਖਰਾ ਮਾਮਲਾ ਹੈ। ਜੇਕਰ ਸੱਚਮੁੱਚ ਅਜਿਹਾ ਕੁਝ ਹੈ ਤਾਂ ਇਹ ਪੁਲਿਸ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਹੋਵੇਗੀ।
ਕਿ ਦਰਬਾਰ ਸਾਹਿਬ ਦੇ ਬਾਹਰ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ ਜਾ ਰਿਹਾ। ਅਗਲੇ ਦਿਨਾਂ ਵਿੱਚ ਇਹ ਮਾਮਲਾ ਭਖਣਾ ਲਾਜ਼ਮੀ ਹੈ। ਅੰਮ੍ਰਿਤਸਰ ਤੋਂ ਸਨੀ ਸਹੋਤਾ, B5 ਚੈਨਲ ਪੰਜਾਬੀ।